ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁੰਮਟ ਦੇ ਉੱਪਰ ਲੱਗੇ ਸੋਨੇ ਦੀ ਸਾਫ਼ ਸਫਾਈ ਕੀਤੀ ਜਾ ਰਹੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਮਹਿੰਦਰ ਸਿੰਘ ਬਰਮਿੰਗਮ ਯੂਕੇ ਵਾਲਿਆਂ ਦੇ ਵੱਲੋਂ ਆਪਣੇ 25 ਮੈਂਬਰਾਂ ਦੇ ਜੱਥੇ ਦੇ ਸਹਿਯੋਗ ਦੇ ਨਾਲ ਸਾਫ਼ ਸਫਾਈ ਦੀ ਸੇਵਾ ਅੱਜ ਤੋਂ ਸ਼ੁਰੂ ਕੀਤੀ ਗਈ ਹੈ, ਜੋ ਕਿ ਲਗਭਗ 10 ਦਿਨਾਂ ਤੱਕ ਚੱਲੇਗੀ। ਇਸ ਸੰਬੰਧੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਬਾਬਾ ਮਹਿੰਦਰ ਸਿੰਘ ਬਰਮਿੰਗਮ ਯੂਕੇ ਵਾਲਿਆਂ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਦੇਸੀ ਤਰੀਕੇ ਨਾਲ ਕੀਤੀ ਜਾਂਦੀ ਹੈ। ਹਾਲਾਂਕਿ ਇਸ ਦੀ ਸਾਫ਼ ਸਫਾਈ ਦੀ ਜ਼ਰੂਰਤ ਤਾਂ 3 ਮਹੀਨੇ ਬਾਅਦ ਹੀ ਪੈ ਜਾਂਦੀ ਹੈ, ਕਿਉਂਕਿ ਪ੍ਰਦੂਸ਼ਣ ਕਰਕੇ ਸੋਨੇ ਦੀ ਚਮਕ ਘੱਟ ਜਾਂਦੀ ਹੈ। ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬੜੀ ਅਪਰ ਅਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਰਮਿੰਗਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮਿਹਰ ਭਰਿਆ ਹੱਥ ਰੱਖ ਕੇ ਜੋ ਸੇਵਾ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਅੱਜ ਸਵੇਰ ਤੋਂ ਲੈ ਕੇ ਸੇਵਾ ਚਾਲੂ ਹੋਈ ਹੈ। ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪੱਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ। ਹੁਣ ਸਾਡੇ ਵੀਰ ਜੀ ਭਾਈ ਗੁਰਦਿਆਲ ਸਿੰਘ ਜੀ ਆਪ ਜੀ ਨੂੰ ਦੱਸਣਗੇ ਬਾਬਾ ਜੀ ਦੇ। ਭਾਈ ਗੁਰਦਿਆਲ ਸਿੰਘ ਜੀ, ਕਿੰਨੇ ਚਿਰ ਤੋਂ ਆਪਾਂ ਲਗਾਤਾਰ ਇਸ ਸੇਵਾ ਦੇ ਵਿੱਚ ਸ਼ਾਮਲ ਹੋਏ? ਆਪਣੀ ਹੋਈ ਹੈ ਨਵੇਂ ਸੋਨੇ ਸੇਵਾ, ਹਾਂਜੀ, 1995 ਤੋਂ 1999 ਤੱਕ ਹੋਈ ਹੈ। ਹਾਂਜੀ, ਮਹਾਰਾਜ ਰਣਜੀਤ ਸਿੰਘ ਤੋਂ ਬਾਅਦ 150 ਸਾਲ ਕੋਲ ਸੇਵਾ ਨਹੀਂ ਹੋ ਸਕੀ, ਇਸ ਕਰਕੇ ਮਹਾਰਾਜ ਗੁਰੂ ਨਾਨਕ ਇਨਸਾਨ ਸਿਰਫ ਨੂੰ ਸੇਵਾ ਬਖਸ਼ੀ ਤੇ ਪੱਤਰੇ ਸੇਵਾ ਕੀਤੀ ਹੈ। ਇਹਦੇ ਵਿੱਚ 24 ਪੱਤਰੇ ਲਾਏ ਗਏ ਉਹਨਾਂ ਦੀ ਧਵਾਈ ਕੰਮ ਕਰ ਰੱਖਣ ਵਾਸਤੇ। ਹਰੇਕ ਸਾਲ ਸੰਗਤ ਆਉਂਦੀ ਹੈ, ਮਹਾਰਾਜ ਮਹਾਂਪੁਰਸ਼ ਆਸ਼ੀਰਵਾਦ ਲੈ ਕੇ 50 ਮੈਂਬਰ ਆਉਂਦੇ ਹਨ ਤੇ ਤਕਰੀਬਨ 10 ਤੋਂ 11 12 ਮਹਾਰਾਜ ਟਾਈਮਿੰਗ ਨਹੀਂ, ਕਿਸੇ ਟਾਈਮਿੰਗ ਲਾ ਨਹੀਂ ਸਕਦੇ। ਕੁਆਲਿਟੀ ਐਂਡ ਕੁਆਂਟਿਟੀ ਸੇਵਾ ਕਰਨੀ ਹੈ ਤੇ ਧਵਾਈ ਜੋ ਹੈ ਰੀਠੇ ਨਾਲ ਕੀਤੀ ਜਾਂਦੀ ਹੈ। ਰੀਠਾ ਜੋ ਪ੍ਰਾਥਮਿਕ ਰੀਠਾ ਹੈ ਉਹ ਕੈਮੀਕਲ ਨਹੀਂ ਹੈ, ਇਸ ਨੂੰ 3 ਘੰਟੇ ਉਬਾਲ ਕੇ ਉਸ ਤੋਂ ਸਾਬਣ ਬਣਾ ਜਾਂ ਨੈਚੁਰਲ ਕੋਲਚੂਅਸ, ਬਾਕੀ ਨਿੰਬੂ ਯੂਜ਼ ਕੀਤਾ, ਆਪਣਾ ਡਰਾਈ ਪਾਊਡਰ ਯੂਜ਼ ਕੀਤੀ ਕਰੀ ਜਾਵੇ, ਜਿੱਥੇ ਨਾ ਫਲਾਵਰਸ ਹੁੰਦੇ ਹਨ ਉਹਦੇ ਵਿੱਚ ਪਾਲਕ ਦੇ ਨਾਲ ਸੁੱਖ ਬਰਸ਼ ਨਾਲ ਵੀ ਨਾਲ ਕੱਢੀ ਜਾਂਦੀ ਹੈ ਤੇ ਮਹਾਰਾਜ ਕਿਰਪਾ ਨਾਲ ਉਹ ਹੀ ਕੰਮ ਵਾਪਸ ਆ ਜਾਂਦੀ ਹੈ। ਪੋਲਿਊਸ਼ਨ ਦਾ ਕਰਕੇ ਅੱਜ ਦੇਖੋ ਤੁਹਾਨੂੰ ਦੇਖ ਨਹੀਂ ਹੁੰਦਾ ਇੰਨੇ ਕੰਮ ਕਰ ਹੈ। ਇਟ ਓਨਲੀ ਲਾਸਟ 3 ਮੰਥਸ, 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੀਂਹ ਦੇ ਨਾਲ ਪਾਣੀ ਜੰਮ ਜਾਂਦਾ, ਕਾਲਾ ਹੋਰ ਕੁਛ ਨਹੀਂ, ਕਾਲਾ ਕਾ ਪਾਣੀ ਜੰਮਿਆ ਹੁੰਦਾ, ਸਮੋਕ ਦੇ ਨਾਲ ਬਿਲਕੁਲ ਸਾਫ਼ ਰਹਿੰਦਾ। ਕੀ ਹੱਲ ਕੀ ਹੈ ਜੀ ਇਸ ਪ੍ਰਦੂਸ਼ਣ ਤੋਂ ਰੋਕਥਾਮ ਵਾਸਤੇ? ਸਰਕਾਰਾਂ ਕਰਨਗੀਆਂ, ਸਾਨੂੰ ਸੇਵਾ ਮਿਲ ਜਾਂਦੀ, ਸਾਨੂੰ ਆਪਣਾ ਲਾਲਚ, ਸਾਨੂੰ ਆਪਣੀ ਲਾਲਚ ਵੀ ਸੇਵਾ ਮਿਲਦੀ ਹੈ, ਸਾਨੂੰ ਇਹੀ ਲਾਲਚ। ਪੋਲਿਊਸ਼ਨ ਕੰਟਰੋਲ ਸਰਕਾਰਾਂ ਨੇ ਕਰਨਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁੰਮਟ ਦੇ ਉੱਪਰ ਲੱਗੇ ਸੋਨੇ ਦੀ ਸਾਫ਼ ਸਫਾਈ ਕੀਤੀ ਜਾ ਰਹੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਮਹਿੰਦਰ ਸਿੰਘ ਬਰਮਿੰਗਮ ਯੂਕੇ ਵਾਲਿਆਂ ਦੇ ਵੱਲੋਂ ਆਪਣੇ 25 ਮੈਂਬਰਾਂ ਦੇ ਜੱਥੇ ਦੇ ਸਹਿਯੋਗ ਦੇ ਨਾਲ ਸਾਫ਼ ਸਫਾਈ ਦੀ ਸੇਵਾ ਅੱਜ ਤੋਂ ਸ਼ੁਰੂ ਕੀਤੀ ਗਈ ਹੈ, ਜੋ ਕਿ ਲਗਭਗ 10 ਦਿਨਾਂ ਤੱਕ ਚੱਲੇਗੀ। ਇਸ ਸੰਬੰਧੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਬਾਬਾ ਮਹਿੰਦਰ ਸਿੰਘ ਬਰਮਿੰਗਮ ਯੂਕੇ ਵਾਲਿਆਂ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਦੇਸੀ ਤਰੀਕੇ ਨਾਲ ਕੀਤੀ ਜਾਂਦੀ ਹੈ। ਹਾਲਾਂਕਿ ਇਸ ਦੀ ਸਾਫ਼ ਸਫਾਈ ਦੀ ਜ਼ਰੂਰਤ ਤਾਂ 3 ਮਹੀਨੇ ਬਾਅਦ ਹੀ ਪੈ ਜਾਂਦੀ ਹੈ, ਕਿਉਂਕਿ ਪ੍ਰਦੂਸ਼ਣ ਕਰਕੇ ਸੋਨੇ ਦੀ ਚਮਕ ਘੱਟ ਜਾਂਦੀ ਹੈ। ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬੜੀ ਅਪਰ ਅਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਰਮਿੰਗਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮਿਹਰ ਭਰਿਆ ਹੱਥ ਰੱਖ ਕੇ ਜੋ ਸੇਵਾ
ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਅੱਜ ਸਵੇਰ ਤੋਂ ਲੈ ਕੇ ਸੇਵਾ ਚਾਲੂ ਹੋਈ ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪੱਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ। ਹੁਣ ਸਾਡੇ ਵੀਰ ਜੀ ਭਾਈ ਗੁਰਦਿਆਲ ਸਿੰਘ ਜੀ ਆਪ ਜੀ ਨੂੰ ਦੱਸਣਗੇ ਬਾਬਾ ਜੀ ਦੇ। ਗੁਰਦਿਆਲ ਸਿੰਘ ਜੀ ਕਿੰਨੇ ਚਿਰ ਤੋਂ ਆਪਾਂ ਲਗਾਤਾਰ ਇਸ ਸੇਵਾ ਦੇ ਵਿੱਚ ਸ਼ਾਮਲ ਹੋਏ? ਆਪਣੀ ਹੋਈ ਹੈ ਨਵੇਂ ਸੋਨੇ ਸੇਵਾ, ਹਾਂਜੀ 1995 ਤੋਂ 1999 ਤੱਕ ਹੋਈ ਹੈ। ਹਾਂਜੀ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ 150 ਸਾਲ ਕੋਈ ਸੇਵਾ ਨਹੀਂ ਹੋ ਸਕੀ, ਇਸ ਕਰਕੇ ਮਹਾਰਾਣੀ ਗੁਰੂ ਨਾਨਕ ਜੀ ਸ਼ਾਮ ਸਿਰ ਉੱਤੇ ਨੂੰ ਸੇਵਾ ਬਖਸ਼ੀ ਤੇ ਪੱਤਰੇ ਸੇਵਾ ਕੀਤੀ ਜਿਹਦੇ ਵਿੱਚ 24 ਪੱਤਰੇ ਲਾਏ ਗਏ। ਉਹਨਾਂ ਦੀ ਤਬਾਹੀ ਕੰਮ ਕਰ ਰੱਖਣ ਵਾਸਤੇ ਹਰੇਕ ਸਾਲ ਸੰਗਤ ਆਉਂਦੀ ਹੈ। ਮਹਾਰਾਜ ਮਹਾਂਪੁਰਸ਼ ਸ਼ੇਰਵਾਦ ਲੈ ਕੇ 50 ਮੈਂਬਰ ਆਉਂਦੇ ਹਨ ਤੇ ਤਕਰੀਬਨ 10 ਤੋਂ 11 12 ਮਹਾਰਾਜ ਟਾਈਮਿੰਗ ਨਹੀਂ ਕਿਸੇ ਟਾਈਮਿੰਗ ਲਾ ਨਹੀਂ ਸਕਦੇ। ਕੁਆਲਿਟੀ ਐਂਡ ਕੁਆਲਿਟੀ ਸੇਵਾ ਕਰਨੀ ਹੈ ਤੇ ਦਵਾਈ ਜੋ ਹੈ ਰੀਠੇ ਨਾਲ ਕੀਤੀ ਜਾਂਦੀ ਹੈ। ਰੀਠਾ ਜੋ ਪ੍ਰਾਥਮਿਕ ਰੀਠਾ ਹੈ ਉਹ ਕੈਮੀਕਲ ਨਹੀਂ ਹੈ, ਇਸ ਨੂੰ 3 ਘੰਟੇ ਉਬਾਲ ਕੇ ਉਸ ਤੋਂ ਸਾਬਣ ਬਣਾ ਜਾਂ ਨੈਚੁਰਲ ਕੋਈ ਬਾਕੀ ਨਿੰਬੂ ਯੂਜ ਕੀਤਾ, ਆਪਣਾ ਡਰਾਈ ਪਾਊਡਰ ਯੂਜ ਕੀਤੇ ਕਰੀ ਜਾਵੇ ਜਿੱਥੇ ਨਾ ਫਲਾਵਰਸ ਹੁੰਦੇ ਹਨ ਉਹਦੇ ਵਿੱਚ ਪਾਲਕ ਦੇ ਨਾਲ ਸੁਰਖ ਬਰਸ਼ਣਾ ਦੀ ਨਾਲ ਕੱਢੀ ਜਾਂਦੀ ਹੈ ਤੇ ਮਹਾਰਾਜ ਕਿਰਪਾ ਨਾਲ ਉਹ ਕੰਮ ਵਾਪਸ ਆ ਜਾਂਦੀ ਹੈ। ਪੋਲੂਸ਼ਨ ਦਾ ਕਰਕੇ ਪੋਲੂਸ਼ਨ ਕਰਕੇ ਅੱਜ ਦੇਖੋ ਤੁਹਾਨੂੰ ਦੇਖ ਨਹੀਂ ਹੁੰਦਾ ਇੰਨੇ ਕੰਮ ਕਰ ਹੈ। ਇਟ ਓਨਲੀ ਲਾਸਟ 3 ਮੰਥਸ 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੀਂਹ ਦੇ ਨਾਲ ਪਾਣੀ ਜੰਮ ਜਾਂਦਾ ਕਾਲਾ ਕਾਲਾ ਹੋਰ ਕੁਛ ਨਹੀਂ ਹੁੰਦਾ, ਕਾਲਾ ਕਾਲਾ ਪਾਣੀ ਜੰਮਿਆ ਹੁੰਦਾ ਸਮੋਕ ਸਮੋਕ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ। ਕੀ ਹੱਲ ਕੀ ਹੈ ਜੀ ਇਸ ਪ੍ਰਦੂਸ਼ਣ ਤੋਂ ਰੋਕਥਾਮ ਵਾਸਤੇ? ਸਰਕਾਰਾਂ ਕਰਨਗੀਆਂ, ਸਾਨੂੰ ਸੇਵਾ ਮਿਲ ਜਾਂਦੀ, ਸਾਨੂੰ ਆਪਣਾ ਲਾਲਚ, ਸਾਨੂੰ ਆਪਣੀ ਲਾਲਚ ਵੀ ਸੇਵਾ ਮਿਲਦੀ ਹੈ, ਸਾਨੂੰ ਇਹੀ ਲਾਲਚ। ਪੋਲਿਊਸ਼ਨ ਕੰਟਰੋਲ ਸਰਕਾਰਾਂ ਨੇ ਕਰਨਾ।